अज के दौर विच प्रेम विआह करन दा रिवाज बहुत वध गया है, पर बहुत घट प्रेम विआह अजिहे हुंदे हन जो ज्यादा समा टिक पाउंदे हन। गुरदासपुर विच एक अजिहा जोड़ा है जिसनूं लव मैरिज तो बाद उन्हां दे परिवारां ने उन्हां तो मूंह मोड़ लिया, पर उन्हां ने मेहनत कर साबित कर दिता कि मन विच अपनी मंजिल नूं हासिल करन दी हिम्मत होवे, एक दूजे ते विश्वास होवे, एक दूजे दीआं भावनावां समझण वाली समझ होवे तां मुश्किलां ते जित हासिल करना कोई वड्डी गल नहीं है। मैं गुरदासपुर दी रहण वाली हां और जो साड़ी मैरिज हुई सी ते मैरिज तो 2 महीने बाद ही लॉकडाउन लग गया, मेरी भी जॉब छड़ी गई, इन्हों का भी काम सारा लॉस हो गया। ये नेटवर्किंग का काम करते सी ते उस तो बाद एक साल फ्री रहे है ये, असी कितने खान पीन गए सी ते मेरे दिमाग चो और तो वेख के आइडिया आया कि असी फास्ट फूड का काम करांगे। हाँ जी साड़ी लव मैरिज है, बट कि जो मैं इन्होंने असी पहले तुम पहले भी दस चुकी है कि इस तो पहले असी कलनोर तो काम शुरू किया सी, असी पहले ते जो मैं इन्हां नाल रेहड़ी दे काम ते जांदी सी ते बहुत सारियां गल्लां करदे सी ते पिंडां विच तां तुसीं जानदे होवोगे किस तरह दे लोग हुंदे आ, इन्हां दे घर दे बोलदे सी कि सानूं चंगा नहीं लगदा हैगा कि साडी नूं इत्थे रेहड़ी दे काम करदी है, ते होर भी पिंड दे लोग भी उन्हां नूं जाके लंबे दिंदे सी कि ਤੁਹਾਡੀ ਨੂੰ ਇੱਥੇ ਕੰਮ ਕਰਦੀ ਹੈ ਜੀ ਹੈ ਵੋ ਆ, ਬਹੁਤ ਸਾਰੀਆਂ ਗੱਲਾਂ ਕਰਦੇ ਸੀ ਤਰ੍ਹਾਂ ਤਰ੍ਹਾਂ ਦੀਆਂ ਮੇਰੇ ਬਾਰੇ। ਅਸੀਂ ਬਹੁਤ ਸਟਰਗਲ ਕੀਤਾ ਆਪਣੀ ਲਾਈਫ ਵਿੱਚ, ਅਸੀਂ ਦੋਨਾਂ ਨੇ ਬਹੁਤ ਜ਼ਿਆਦਾ ਸਟਰਗਲ ਕੀਤਾ ਸੀ। ਪਰਿਵਾਰ ਦਾ ਸਾਥ ਰਿਹਾ ਜਾਂ ਪਰਿਵਾਰ ਦੂਰੀ ਰਿਹਾ? ਨਹੀਂ, ਜਦੋਂ ਅਸੀਂ ਕੰਮ ਸ਼ੁਰੂ ਕਰਨਾ ਸੀ ਤਾਂ ਉਹ ਗੁੱਸਾ ਕਰਦੇ ਸੀ ਕਿ ਇਹ ਵਾਲਾ ਕੰਮ ਤੁਸੀਂ, ਮਤਲਬ ਕਿ ਮਜ਼ਾਕ ਵਿੱਚ ਲੈਂਦੇ ਸੀ ਸਾਡੇ ਕੰਮ ਨੂੰ, ਅਤੇ ਜਦੋਂ ਦੀ ਸਾਡੀ ਵੀਡੀਓਜ਼ ਚਲੋ ਵਾਇਰਲ ਹੋਈਆਂ ਵਾ ਅਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ, ਸਾਡੇ ਖੁਦਾ ਦਾ ਵੀ ਪਰਮੇਸ਼ਵਰ ਦਾ ਬਹੁਤ ਧੰਨਵਾਦ ਆ ਸਾਡਾ, ਔਰ ਬਹੁਤ ਸਾਰੇ ਲੋਕ ਜਿਹੜੇ ਵੀਡੀਓ ਵੇਖ ਕੇ ਸਾਡੇ ਕੋਲ ਆਉਂਦੇ ਆ, ਸਾਨੂੰ ਬਹੁਤ ਪਸੰਦ ਕਰਦੇ ਆ ਸਾਨੂੰ ਦੋਨਾਂ ਨੂੰ, ਉਸ ਤੋਂ ਬਾਅਦ ਸਾਡੇ ਪਰਿਵਾਰ ਵਾਲੇ ਵੀ ਬਹੁਤ ਵਧੀਆ ਤਰੀਕੇ ਨਾਲ ਸਾਨੂੰ ਮਿਲਦੇ ਪਏ ਆ। ਲਵ ਮੈਰਿਜ ਸਾਡੀ ਇਸ ਤਰ੍ਹਾਂ ਹੋਈ ਸੀ ਕਿ ਅਸੀਂ ਤਾਂ ਚਲੋ ਬਚਪਨ 'ਚ ਵੈਸੇ ਤਾਂ ਮਿਲੇ ਸੀ ਇੱਕ ਦੂਜੇ ਨੂੰ ਛੋਟੇ, ਹੈ ਨਾ, ਛੋਟੇ ਪੰਚ ਮਿਲੇ ਸੀ, ਅਸੀਂ ਬਹੁਤ ਛੋਟੇ ਹੁੰਦੇ ਸੀ ਉਦੋਂ, ਤਾਂ ਬਹੁਤ ਜ਼ਿਆਦਾ ਕਹਿਣ ਦਾ ਮਤਲਬ ਕਿ ਅਸੀਂ 7th class 'ਚ ਹੀ ਮਿਲਦੇ ਅਤੇ ਇੱਕ ਦੂਜੇ ਨੂੰ ਅਸੀਂ ਜਾਣਦੇ ਸੀ, ਹੈ ਨਾ, ਅਤੇ ਚਲੋ ਆਪਾਂ ਬਚਪਨ 'ਚ ਇੱਕ ਦੂਜੇ ਨੂੰ ਵਾਅਦਾ ਕਰਤਾ ਸੀ ਅਸੀਂ ਵਿਆਹ ਕਰਾਵਾਂਗੇ, ਕਰਦੇ ਕਰਦੇ ਰੱਬ ਵੱਲੋਂ ਚਲੋ ਬਹੁਤ ਵਧੀਆ ਅਸੀਂ ਪਸੰਦ ਕਰਦੇ ਸੀ, ਇੱਕ ਦੂਜੇ ਨੂੰ ਵਿਆਹ ਹੋ ਗਿਆ ਸਾਡਾ ਬਹੁਤ ਵਧੀਆ, 2 ਸਾਲ ਸਾਡੇ ਮੈਰਿਜ ਨੂੰ ਹੋ ਗਿਆ, ਹੈ ਨਾ, ਅਤੇ ਉਸਦੇ ਵਿੱਚ ਕਾਫੀ ਸਾਨੂੰ ਪ੍ਰੋਬਲਮਸ ਆ ਗਈ ਸੀ ਜਦੋਂ ਕੰਮ ਸਾਡਾ ਲੋਸ 'ਚ ਹੋ ਗਿਆ ਸੀ ਸਾਨੂੰ, ਹੈ ਨਾ, ਲੋਕਡਾਊਨ ਦੇ ਦੌਰਾਨ ਜਿੱਦਾਂ ਸਾਡਾ ਮੈਰਿਜ ਹੋ ਗਿਆ ਸੀ, ਅਤੇ ਉਸ ਦੇ ਵਿੱਚ 2 ਮਹੀਨੇ ਬਾਅਦ ਸਾਨੂੰ ਮਤਲਬ ਕਿ ਕਾਫੀ ਪ੍ਰੋਬਲਮਸ ਆਈਆਂ ਸੀ ਲਾਈਫ ਦੇ ਵਿੱਚ, ਜਿਹਦੇ ਕਰਕੇ ਲਾਈਫ ਦੇ ਵਿੱਚ ਦਿੱਕਤ ਬੜੀਆਂ ਆ ਰਹੀਆਂ ਸੀ ਸਾਨੂੰ, ਮਤਲਬ ਕੰਮ ਦਾ ਕੋਈ ਸਿਸਟਮ ਸਮਝ ਨਹੀਂ ਆ ਰਿਹਾ ਸੀ, ਕਿਉਂ ਮੈਨੂੰ 1 ਸਾਲ ਵਿਹਲਾ ਰਹਿਣਾ ਪਿਆ ਵਿੱਚ, ਅਤੇ ਮਾਇੰਡ ਪੂਰਾ ਡਿਸਟਰਬ ਹੋ ਗਿਆ ਸੀ ਕਿ ਕੋਈ ਸਮਝ ਨਹੀਂ ਆ ਰਿਹਾ ਸੀ ਲਾਈਫ ਦਾ, ਅਤੇ ਮੇਰੇ ਵਾਈਫ ਕਹਿੰਦੇ ਕਿ ਆਪਾਂ ਨਾ ਕੋਈ ਕੰਮ ਕਰੀਏ ਕਰਕੇ ਕੋਈ ਫਾਸਟ ਫੂਡ ਦਾ, ਮਤਲਬ ਕਿ ਉਹਨਾਂ ਦੇ ਦਿਮਾਗ ਦੇ ਵਿੱਚ ਆਈਡੀਆ ਆਇਆ, ਅਤੇ ਇਹ ਕਹਿੰਦੇ ਕਿ ਆਪਾਂ ਇਹ ਕੰਮ ਕਰਦੇ ਹਾਂ ਫਾਸਟ ਫੂਡ ਦਾ, ਬਟ ਮੈਂ ਇਹਨਾਂ ਨੂੰ ਕਿਹਾ ਕਿ ਆਪਾਂ ਨਹੀਂ ਇਹ ਕੰਮ ਨਹੀਂ ਕਰ ਸਕਦੇ ਕਿਉਂਕਿ ਇਹ ਰੇਹੜੀ 'ਤੇ ਆਪਣੇ ਕੋਈ ਕੰਮ ਹੋਏਗਾ ਨਹੀਂ, ਹੈ ਨਾ, ਕਿਉਂਕਿ ਉਹਦਾ ਨਾ ਕੋਈ ਸਿਸਟਮ ਹੀ ਆਪਣਾ ਕਿ ਜਿਹੜਾ ਆਪਾਂ ਸ਼ੋਪ ਲੈ ਸਕੀਏ, ਨਾ ਕੁਛ ਰੇਹੜੀ ਦਾ ਵੀ ਸਿਸਟਮ ਨਹੀਂ ਕਿ ਆਪਾਂ ਕੋਈ ਰੇਹੜੀ ਦਾ ਇੱਕ ਅਰੇਂਜਮੈਂਟ ਕਰ ਸਕੀਏ, ਕਿਉਂਕਿ ਉਹਦੇ ਕੋਲ ਫਾਈਨੈਂਸ਼ੀ ਥੋੜ੍ਹੀ ਪ੍ਰੋਬਲਮ ਸੀ ਸਾਨੂੰ, ਅਤੇ ਜਿਹੜਾ ਇਹਦੇ ਵਿੱਚ ਆਪਾਂ ਦਿੱਕਤ ਹੋ ਰਹੀ ਸੀ ਸਾਨੂੰ ਥੋੜ੍ਹੇ ਜਿਹੇ, ਮੈਂ ਪੁੱਛਿਆ ਕਾਫੀ ਲੋਕਾਂ ਨੂੰ ਪੁੱਛਿਆ, ਬਟ ਉਹਦੇ ਵਿੱਚ ਬੜੇ ਲੋਕਾਂ ਨੇ ਮੈਨੂੰ ਹੱਥ ਖੜੇ ਕਰਦੇ ਸੀ ਕਿਉਂਕਿ ਉਸ ਟਾਈਮ ਮੇਰੇ ਕੋਈ ਸਿਸਟਮ ਨਹੀਂ ਸੀ ਕਿ ਪੈਸਿਆਂ ਦਾ ਕਿ ਮੈਂ ਕਿਤੋਂ ਅਰੇਂਜ ਕਰ ਸਕਾਂ, ਜਾਂ ਆਪਣੇ ਕੋਲ ਕੁਝ ਹੈ ਵੀ ਨਹੀਂ। ਫਿਰ ਆਪਾਂ ਇੱਕ ਫੋਨ ਸੇਲ ਕੀਤਾ ਜਿਹੜਾ 24,000 ਰੁਪਏ ਦਾ, ਮੇਰਾ ਓਪੋ ਦਾ F9 Pro ਹੀ ਉਹ ਸੇਲ ਕੀਤਾ, ਅਤੇ ਉਹਦੇ ਵਿੱਚੋਂ 10,000 ਰੁਪਇਆ ਮੈਨੂੰ ਮਿਲਿਆ ਜਿੱਦਾਂ ਫੋਨ ਦਾ ਸੇਲ, ਅਤੇ ਇੱਕ ਆਪਾਂ ਫਿਰ ਫੋਨ ਦਾ ਅਤੇ ਇੱਕ ਗੋਲਡ ਆਪਾਂ ਸੇਲ ਕੀਤਾ ਆਪਣੇ ਕੋਲ ਪਿਆ ਸੀ, ਅਤੇ ਉਹ ਕਰਕੇ ਆਪਾਂ ਸਾਰਾ ਅਰੇਂਜਮੈਂਟ ਕਰਕੇ ਅਤੇ ਇਹ ਜਿਹੜਾ ਆਪਣਾ ਖਰਚਾ ਸ਼ੁਰੂ ਹੋਇਆ ਜੇ 50,000 ਰੁਪਇਆ ਆਪਾਂ ਇਹਦੇ 'ਤੇ ਲੱਗ ਗਿਆ ਸਾਰਾ, ਆਪਾਂ ਕਿਹਾ ਕਿ ਚਲੋ ਹੋ ਜਾਏਗਾ 10-15,000 'ਚ ਸ਼ੁਰੂ, ਪਰ ਨਹੀਂ, ਜਦੋਂ ਆਪਾਂ ਹੱਥ ਪਾਇਆ ਨਾ ਇਹਦੇ ਵਿੱਚ ਹੌਲੀ ਹੌਲੀ ਕਰਦੇ ਕਰਦੇ 50,000 ਰੁਪਇਆ ਸਾਨੂੰ ਇਹਦੇ ਵਿੱਚ ਲੱਗ